ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਦਲਜੀਤ ਸਿੰਘ ਅੱਜ ਦਾ ਇਤਿਹਾਸ ਲੈ ਕੇ ਆਪ ਸਿੱਖ ਸੰਗਤਾਂ ਦੇ ਸਨਮੁਖ ਹਾਜ਼ਰ ਹੋਇਆ ਹਾਂ। ਅੱਜ 3 ਮਾਰਚ ਸਿੱਖ ਧਰਮ ਦੇ ਵਿੱਚ ਕਈ ਅਹਿਮ ਘਟਨਾਵਾਂ ਵਾਪਰੀਆਂ। ਇਹਨਾਂ ਘਟਨਾਵਾਂ ਵਿੱਚੋਂ ਕੁਝ ਇੱਕ ਮਹਾਨ ਘਟਨਾਵਾਂ ਦਾ ਮੈਂ ਜ਼ਿਕਰ ਤੁਹਾਡੇ ਨਾਲ ਸਾਂਝਾ ਕਰ ਰਿਹਾ ਹਾਂ। ਅੱਜ ਦੀ ਜਿਹੜੀ ਘਟਨਾ ਆ ਉਹ ਅਹਿਮਦ ਸ਼ਾਹ ਅਬਦਾਲੀ ਅਤੇ ਸਿੱਖਾਂ ਦੇ ਨਾਲ ਸੰਬੰਧ ਰੱਖਦੀ ਹੈ। ਜਦੋਂ 1762 ਦੇ ਵਿੱਚ ਕੋਪਰ ਹੀੜਾ ਸਥਾਨ ਦੇ ਨੇੜੇ ਦੂਸਰਾ ਵੱਡਾ ਘੱਲੂਘਾਰਾ ਹੋਇਆ, ਬੇਅੰਤ ਗੁਰੂ ਕੇ ਸਿੱਖ ਸ਼ਹੀਦ ਹੋਏ। ਉਸ ਤੋਂ ਉਪਰੰਤ ਅਹਿਮਦ ਸ਼ਾਹ ਅਬਦਾਲੀ ਨੇ ਨੇੜਲੇ ਇਲਾਕਿਆਂ ਦੇ ਵਿੱਚ, ਅੰਮ੍ਰਿਤਸਰ ਦਾ ਇਲਾਕਾ ਹੋ ਗਿਆ, ਜਲੰਧਰ ਦਾ ਇਲਾਕਾ ਹੋ ਗਿਆ, ਲਾਹੌਰ ਦਾ ਇਲਾਕਾ ਹੋ ਗਿਆ, ਜਿੱਥੋਂ ਤੱਕ ਉਹਦੀ ਪਹੁੰਚ ਸੀਗੀ, ਸਾਰੇ ਨੇੜਲੇ ਇਲਾਕਿਆਂ ਦੇ ਵਿੱਚ ਆਪਣੀਆਂ ਫੌਜਾਂ ਭੇਜ ਕੇ ਸਿੱਖਾਂ ਨੂੰ ਗ੍ਰਿਫਤਾਰ ਕਰਵਾਇਆ। ਸਿੱਖਾਂ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਉਹਨਾਂ ਦੇ ਜਿਹੜੇ ਕੋਪਰ ਹੀੜਾ ਸਥਾਨ ਤੋਂ ਲਾਸ਼ਾਂ ਮਿਲੀਆਂ ਸਨ, ਉਹਨਾਂ ਦੇ 50 ਗੱਡੇ ਉਹ ਆਪਣੇ ਨਾਲ ਲਾਹੌਰ ਲੈ ਕੇ ਗਿਆ। 50 ਗੱਡਿਆਂ ਦੇ ਵਿੱਚ ਲਾਸ਼ਾਂ ਨੂੰ ਲੱਦ ਕੇ, ਸਿਰਾਂ ਨੂੰ ਲੱਦ ਕੇ ਲੈ ਕੇ ਜਦੋਂ ਉੱਥੇ ਗਿਆ, ਜਿਹੜੇ ਗ੍ਰਿਫਤਾਰ ਕੀਤੇ ਗਏ ਸਨ ਸਿੱਖ ਵਿਦਵਾਨ ਪੁਰਖਾਂ ਨੇ ਇਹਨਾਂ ਦੀ ਗਿਣਤੀ 2000 ਤੋਂ ਲੈ ਕੇ 5000 ਲਿਖੀ ਹੈ। 5000 ਦੇ ਕਰੀਬ ਇਹ ਸਿੱਖ ਵੀ ਗ੍ਰਿਫਤਾਰ ਕਰਕੇ ਲਾਹੌਰ ਲਿਜਾਇਆ ਗਿਆ। ਲਾਹੌਰ ਲਿਜਾ ਕੇ ਅੱਜ ਦੇ ਦਿਨ 3 ਮਾਰਚ 1762 ਨੂੰ ਅਹਿਮਦ ਸ਼ਾਹ ਅਬਦਾਲੀ ਨੇ ਇਹਨਾਂ ਦੇ ਸਾਰਿਆਂ ਦੇ ਸਿਰਾਂ ਦੀ, ਇਹਨਾਂ ਦੇ ਲੋਥਾਂ ਦੀ ਇੱਕ ਮੀਨਾਰ ਤਿਆਰ ਕਰਵਾਈ। ਬਾਹਾਂ ਦੇ ਟੋਟੇ ਕਰਕੇ, ਸਰੀਰਾਂ ਦੇ ਟੋਟੇ ਕਰਕੇ ਵੱਖ ਵੱਖ ਥਾਵਾਂ 'ਤੇ ਟੰਗੇ ਗਏ ਤਾਂ ਜੋ ਲੋਕਾਂ ਦੇ ਵਿੱਚ ਇੱਕ ਦਹਿਸ਼ਤ ਦਾ ਮਾਹੌਲ ਬਣੇ। ਇੱਥੋਂ ਤੱਕ ਹੀ ਨਹੀਂ, ਜਿਹੜੇ ਗ੍ਰਿਫਤਾਰ ਕੀਤੇ ਗਏ ਸਿੱਖ ਸਨ ਉਹਨਾਂ ਦਾ ਜਿਹੜਾ ਖੂਨ ਉਹ ਬੱਠਲਾਂ ਦੇ ਵਿੱਚ ਪਾ ਕੇ, ਬਾਲਟੀਆਂ ਦੇ ਵਿੱਚ ਪਾ ਕੇ, ਕਿਸੇ ਬਰਤਨ ਦੇ ਵਿੱਚ ਪਾ ਕੇ ਇਹਨੇ ਉੱਥੋਂ ਦੀਆਂ ਮਸੀਤਾਂ, ਉਹਨਾਂ ਦੀਆਂ ਜਿਹੜੀਆਂ ਕੰਧਾਂ ਅਤੇ ਉਹਨਾਂ ਦੇ ਫਰਸ਼ ਸਾਫ਼ ਕਰਵਾਏ। ਅਤੇ ਇਹਨੇ ਇੱਕ ਗੱਲ ਕਹੀ ਸੀ ਵੀ ਮੈਂ ਸਿੱਖਾਂ ਨੂੰ ਇੰਨੀ ਬੁਰੀ ਤਰ੍ਹਾਂ ਮਾਰਿਆ ਆ, ਇਹ ਦੁਬਾਰਾ ਹੁਣ 100, 200, 300 ਸਾਲ ਤੱਕ ਉੱਠਣ ਦੀ ਜ਼ਰੂਰਤ ਨਹੀਂ ਕਰਨਗੇ, ਸਦੀਆਂ ਲੱਗ ਜਾਣਗੀਆਂ ਇਹਨਾਂ ਨੂੰ ਉੱਠਦਿਆਂ ਨੂੰ। ਪਰੰਤੂ ਇਹਨੂੰ ਕੀ ਪਤਾ ਸੀ, ਇਹ ਗੁਰੂ ਨਾਨਕ ਦੇ ਉਹ ਸਿੱਖ ਨੇ ਜਿਨ੍ਹਾਂ ਨੂੰ ਸਿਖਾਇਆ ਹੀ ਇਹ ਗਿਆ ਆ ਕਿ ਜਦ ਤੋਂ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਤਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਇਹਨਾਂ ਗੁਰੂ ਕੇ ਸਿੱਖਾਂ ਨੇ ਫਿਰ ਥੋੜ੍ਹੇ ਦਿਨਾਂ ਬਾਅਦ ਹੀ ਅਹਿਮਦ ਸ਼ਾਹ ਅਬਦਾਲੀ ਦੇ ਉੱਪਰ ਹਮਲਾ ਕਰਕੇ ਉਹਨੂੰ ਇਹ ਗੱਲ ਦੱਸਿਆ, ਅਸੀਂ ਮਰ ਤਾਂ ਸਕਦੇ ਹਾਂ, ਅਸੀਂ ਖਤਮ ਨਹੀਂ ਹੋ ਸਕਦੇ, ਸਤਿਗੁਰੂ ਕਿਰਪਾ ਕਰਨ, ਇਹ ਸਾਡੇ ਵਡੇਰਿਆਂ ਦਾ ਮਾਣ ਮੱਤਾ ਇਤਿਹਾਸ। ਉਹਨਾਂ ਨੇ ਆਪਣੀ ਜਿੰਦ 'ਤੇ ਕੌਮ ਤੋਂ ਨਿਸ਼ਾਵਰ ਕਰ ਦਿੱਤੀ, ਗੁਰੂ ਚਰਨਾਂ ਤੋਂ ਨਿਸ਼ਾਵਰ ਕਰ ਦਿੱਤੀ, ਪਰੰਤੂ ਉਹਨਾਂ ਨੇ ਸਿੱਖੀ ਤੋਂ ਨਾਤਾ ਨਹੀਂ ਤੋੜਿਆ। ਅਸੀਂ ਵੀ ਇਵੇਂ ਦੇ ਗੁਰੂ ਕੇ ਪਿਆਰੇ ਸਿੱਖਾਂ ਦੇ ਜ਼ਿੰਦਗੀ ਤੋਂ ਸੇਧ ਲੈ ਕੇ ਆਪਣਾ ਜੀਵਨ ਉਜਲਾ ਕਰਕੇ ਸਤਿਗੁਰਾਂ ਦੀਆਂ ਖੁਸ਼ੀਆਂ ਲਈਏ, ਸਤਿਗੁਰੂ ਕਿਰਪਾ ਕਰਨ। ਇਹ ਸੀ ਅੱਜ ਦਾ ਇਤਿਹਾਸ ਭੁੱਲ ਚੁੱਕ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।